ਸਾਹਿਬ ਜੀਓ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੁ ਨ ਸਿਜਈ ਬਿਨ ਨਾਵੈ ਪਤ ਜਾਈ। ਅਸ਼ਟਪਦੀ ਦਸ ਵਸਤੂ ਲੇ ਪਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਏਕ ਪੀਨਾ ਦੇ ਦਸ ਪੀ ਹਿਰਲੇ ਤਉ ਮੂੜਾ ਕਹੁ ਕਹਾ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾ ਕਉ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ, ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ, ਅੱਜ ਗੁਰਮੁਖ ਪੰਜਵੀਂ ਅਸ਼ਟਪਦੀ ਦੀ ਵਿਚਾਰ ਆਪਾਂ ਆਰੰਭ ਕਰ ਰਹੇ ਹਾਂ ਜੀ। ਪਾਵਨ ਅਸ਼ਟਪਦੀ ਤੋਂ ਪਹਿਲਾਂ ਜੋ ਸਲੋਕ ਹੈ ਔਰ ਪਹਿਲਾ ਪਦਾ, ਇਹਦਾ ਪਾਠ ਆਪਾਂ ਸੰਗਤੀ ਰੂਪ ਕੀਤਾ ਹੈ ਜੀ। ਤੋ ਧੰਨ ਗੁਰੂ ਅਰਜਨ ਸਾਹਿਬ ਸਤਿਗੁਰੂ ਪਾਤਸ਼ਾਹ, ਜੋ ਪੂਰੀ ਦੀ ਪੂਰੀ ਅਸ਼ਟਪਦੀ ਦੇ ਵਿੱਚ ਕਹਿਣਾ ਚਾਹੁੰਦੇ ਨੇ ਉਹਨਾਂ ਬਚਨਾਂ ਨੂੰ ਸਤਿਗੁਰੂ ਪਾਤਸ਼ਾਹ ਸੰਖੇਪ ਰੂਪ ਦੇ ਵਿੱਚ ਸਲੋਕ ਵਿੱਚ ਕਹਿ ਦਿੰਦੇ ਆ। ਇਹ ਕਹਿ ਲਓ ਵੀ ਜਦੋਂ ਕੋਈ ਲੇਖ ਲਿਖਦੇ ਆ ਨਾ ਤਾਂ ਉਹਦੇ ਉੱਪਰ ਉਹਦਾ ਸਰਲੇਖ ਹੁੰਦਾ ਹੈ, ਸਰਲੇਖ ਹੁੰਦਾ ਨਾ ਉਹਦੇ ਉੱਪਰ ਵੀ ਇਹ ਲੇਖ ਦਾ ਇੱਕ ਨਾਮ ਹੈ। ਇਸੇ ਤਰ੍ਹਾਂ ਗੁਰਮੁਖੋ ਜਿਹੜੀ ਇਹ ਪੂਰਨ ਅਸ਼ਟਪਦੀ ਹੁੰਦੀ ਆ ਨਾ ਉਹ ਤੋਂ ਪਹਿਲਾਂ ਜੋ ਸਲੋਕ ਹੈ ਇਹ ਕਹਿ ਲਓ ਵੀ ਸਲੋਕ ਅਸ਼ਟਪਦੀ ਦਾ ਸਰਲੇਖ ਹੈ। ਜੋ ਕੁਛ ਪਾਤਸ਼ਾਹ ਨੇ ਅਸ਼ਟਪਦੀ 'ਚ ਕਹਿਣਾ ਉਹ ਪਹਿਲਾਂ ਬਿਆਨ ਛੋਟੇ ਰੂਪ ਦੇ ਵਿੱਚ ਸਲੋਕ ਦੇ ਵਿੱਚ ਕਹਿ ਦਿੰਦੇ ਆ। ਤੋ ਪਾਵਨ ਸਲੋਕ ਦੇ ਬਚਨ ਨੇ ਦੇਨ ਹਾਰ ਪ੍ਰਭ ਛੋੜ ਕੇ, ਦੇਣ ਵਾਲੇ ਪ੍ਰਭੂ ਨੂੰ ਛੱਡ ਕੇ, ਲਾਗੈ ਆਨ ਸੁਆਏ, ਸੁਆਏ ਦਾ ਹੁੰਦਾ ਸਵਾਦ,
ਇਹ ਮਨੁੱਖ ਪਰਮਾਤਮਾ ਦੇ ਵੱਲੋਂ ਦਿੱਤੇ ਹੋਏ ਹੋਰ ਸਵਾਦਾਂ ਦੇ ਨਾਲ ਲੱਗ ਜਾਂਦਾ ਹੈ। ਨਾਨਕ ਕਹੂੰ ਨਾ ਸਿੱਝਈ, ਸਿੱਝੀ ਦਾ ਹੁੰਦਾ ਸਫਲ ਹੋਣਾ, ਕਾਮਯਾਬ ਹੋਣਾ। ਹੇ ਨਾਨਕ, ਐਸੇ ਮਨੁੱਖ ਕਿਤੇ ਵੀ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦੇ। ਕਹੂੰ ਨਾ ਸਿੱਝਈ, ਕਿਤੇ ਵੀ ਨਹੀਂ ਸਫਲ ਹੁੰਦੇ। ਕਿਹੜੇ ਜੀ? ਜਿਹੜੇ ਦਾਤਾਂ ਦੇ ਨਾਲ ਜੁੜ ਜਾਂਦੇ ਨੇ, ਦੇਣ ਵਾਲੇ ਨੂੰ ਭੁੱਲ ਜਾਂਦੇ ਨੇ। ਸੌਖਾ ਲਾ ਲਈਏ ਗੁਰਮੁਖੋ, ਉਹ ਬੱਚਾ ਸਾਨੂੰ ਕਿੰਨਾ ਕੁ ਸਿਆਣਾ ਲੱਗਦਾ ਵੀ ਜਿਹੜਾ ਬੱਚਾ ਮਾਂ ਦੇ ਲਿਆਂਦੇ ਕੱਪੜਿਆਂ ਨੂੰ ਤਾਂ ਵਧੀਆ ਕਹੇ ਅਤੇ ਮਾਂ ਨੂੰ ਕਹੇ ਤੇਰੀ ਕੋਈ ਲੋੜ ਨਹੀਂ। ਸੌਖਾ ਜਿਹਾ ਆਪਾਂ ਆਪਣੇ ਤਰੀਕੇ ਨਾਲ ਲਾ ਕੇ ਦੇਖੀਏ ਨਾ। ਮਾਂ ਦੇ ਪੈਸੇ ਵੀ ਚੰਗੇ ਲੱਗਦੇ, ਮਾਂ ਦਾ ਖਾਣਾ ਵੀ ਚੰਗਾ ਲੱਗਦਾ, ਮਾਂ ਦਾ ਸੁੱਖ ਸੁਵਿਧਾਵਾਂ ਵੀ ਚੰਗੀਆਂ ਲੱਗਦੀਆਂ, ਪਰ ਮਾਂ ਨਹੀਂ ਚੰਗੀ ਲੱਗਦੀ। ਆਪਾਂ ਕਹਾਂਗੇ ਵੀ ਇਹ ਬੱਚਾ ਬਹੁਤ ਚੰਗਾ, ਆਪਾਂ ਕਹਾਂਗੇ ਤੇਰੇ ਵਰਗਾ ਤੇ ਨਲਾਇਕ ਹੀ ਕੋਈ ਨਹੀਂ। ਬਸ ਇੱਦਾਂ ਹੀ ਸਮਝ ਲਈਏ, ਉਹ ਇਨਸਾਨ ਪਰਮਾਤਮਾ ਨੂੰ ਕਿੱਦਾਂ ਚੰਗਾ ਲੱਗਦਾ ਹੋਏਗਾ ਜਿਹੜਾ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਤਾਂ ਕਹਿ ਰਹੇ ਆ ਵੀ ਬਹੁਤ ਚੰਗੀਆਂ ਨੇ, ਪਰ ਰੱਬ ਨੂੰ ਨਹੀਂ ਯਾਦ ਕਰਦਾ। ਫਿਰ ਉਹ ਰੱਬ ਦੇ ਘਰ ਤਾਂ ਨਲਾਇਕ ਹੀ ਮੰਨਿਆ ਜਾਊ। ਨਾਨਕ ਕਹੂ ਨਾ ਸਿੱਝਈ, ਅਤੇ ਜਿੱਥੇ ਗੁਰਮੁਖੋ ਮਾਂ ਨੇ ਖੜਨਾ ਉੱਥੇ ਮਾਂ ਦੇ ਕੱਪੜੇ ਨਹੀਂ ਖੜਦੇ, ਜਿੱਥੇ ਮਾਂ ਨੇ ਖੜਨਾ ਉੱਥੇ ਮਾਂ ਦੇ ਪੈਸੇ ਨਹੀਂ ਖੜਦੇ। ਇੱਦਾਂ ਹੁੰਦਾ ਨਾ। ਅਤੇ ਇਹ ਗੱਲ ਚੇਤਾ ਰੱਖੋ, ਜਿੱਥੇ ਵਾਹਿਗੁਰੂ ਪਰਮੇਸ਼ਰ ਨੇ ਖੜਨਾ ਉੱਥੇ ਉਹਦੀਆਂ ਦਾਤਾਂ ਨਹੀਂ ਖੜਦੀਆਂ। ਜਿੱਥੇ ਵਾਹਿਗੁਰੂ ਪਰਮੇਸ਼ਰ ਨੇ ਖੁਦ ਖੜ ਜਾਣਾ ਨਾ ਸਾਡੇ, ਇੱਦਾਂ ਆ ਕੇ ਸਾਡੇ ਹੱਕ ਦੇ ਵਿੱਚ, ਉਹਦੀਆਂ ਦਿੱਤੀਆਂ ਦਾਤਾਂ ਨੇ ਨਹੀਂ ਖੜਨਾ। ਹਾਂ, ਜੇ ਮਾਂ ਨਾਲ ਚੱਲ ਰਹੀ ਹੈ ਤਾਂ ਦਾਤਾਂ ਨੇ ਤਾਂ ਆਪਣੇ ਆਪ ਹੀ ਆ ਜਾਣਾ। ਜੇ ਵਾਹਿਗੁਰੂ ਪਰਮੇਸ਼ਰ ਸਾਡੇ ਨਾਲ ਨੇ ਤਾਂ ਉਹਦੀਆਂ ਦਾਤਾਂ ਨੇ ਤਾਂ ਆਪਣੇ ਆਪ ਹੀ ਆ ਜਾਣਾ। ਅੱਗੇ ਆਪਾਂ ਪੜ੍ਹਾਂਗੇ ਜਾ ਕੇ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਦਰਖਤ ਕੋਲ ਹੈ ਅਤੇ ਛਾਂ ਤਾਂ ਆਪਣੇ ਆਪ ਹੀ ਕੋਲ ਹੈ। ਜੇ ਦਰਖਤ ਤੇਰੇ ਨਾਲ ਹੈ ਤਾਂ ਫਲ ਤਾਂ ਆਪਣੇ ਆਪ ਹੀ, ਪੱਤੇ ਟਾਹਣੀਆਂ ਤਾਂ ਆਪਣੇ ਆਪ ਹੀ ਨਾਲ ਹੈ। ਬਸ ਤੂੰ ਦਰਖਤ ਨੂੰ ਆਪਣਾ ਮੰਨ ਲੈ, ਛਾਂ, ਫਲ, ਪੱਤੇ, ਟਾਹਣੀਆਂ ਸਾਰੀਆਂ ਹੀ ਤੇਰੀਆਂ ਨੇ। ਅਤੇ ਜੇ ਇਕੱਲੀ ਛਾਂ ਦੇ ਪਿੱਛੇ ਤੁਰਿਆ ਫਿਰੇ ਤਾਂ ਛਾਂ ਦਾ ਕੀ ਹੈ? ਅੱਜ ਸੁਬਾਹ ਇੱਧਰ ਨੂੰ ਹੁੰਦੀ ਹੈ, ਸ਼ਾਮ ਨੂੰ ਇੱਧਰ ਹੋ ਜਾਂਦੀ ਹੈ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਜਿਹੜਾ ਬਿਰਖ ਨੂੰ ਭੁੱਲ ਜਾਂਦਾ ਉਹਦੀ ਛਾਂ ਦੇ ਨਾਲ ਪਿਆਰ ਪਾ ਲੈਂਦਾ, ਉਹ ਬਿਨਸੈ, ਉਹ ਮਨ ਪਛਤਾਵੈ, ਉਹ ਛਾਂ ਜੀ ਸ਼ਾਮ ਨੂੰ ਖਤਮ ਹੋ ਜਾਂਦੀ, ਇੱਧਰਲੇ ਪਾਸੇ ਮੁੜ ਕੇ ਪਛਤਾਈ ਜਾਂਦਾ ਵੀ ਹਾਏ ਕਰੀਏ ਕੀ। ਤੋ ਪਾਤਸ਼ਾਹ ਨੇ ਕਿਹਾ ਦੇਣ ਹਾਰ ਪ੍ਰਭ ਛੋੜ ਕੈ, ਦੇਣ ਵਾਲੇ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਲਾਗੈ, ਲੱਗਦਾ ਹੈ ਲੱਗ ਗਿਆ ਆਨ ਸਵਾਏ ਹੋਰ ਸਵਾਦਾਂ ਦੇ ਵਿੱਚ ਲੱਗ ਗਿਆ। ਨਾਨਕ ਕਹੂ ਨਾ ਸਿੱਝਈ, ਹੇ ਨਾਨਕ ਉਹ ਕਿਤੇ ਵੀ ਸਫਲ ਨਹੀਂ ਹੁੰਦਾ, ਉਹ ਕਿਤੇ ਵੀ ਸੁੱਖ ਨਹੀਂ ਮਾਣਦਾ। ਬਿਨ ਨਾਵੈ ਪਤ ਜਾਏ,
ਉਹ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਤੇ ਵੀ ਉਹ ਪੱਤ ਦੇ ਨਾਲ ਨਹੀਂ ਜਾਂਦਾ, ਉਹਨੂੰ ਕਿਤੇ ਵੀ ਇੱਜ਼ਤ ਪ੍ਰਾਪਤ ਨਹੀਂ ਹੁੰਦੀ ਹੈ। ਅਸ਼ਟਪਦੀ ਹੁਣ ਗੁਰਮੁਖੋ ਜਿਹੜੀ ਅਸ਼ਟਪਦੀ ਹੈ ਇਹਦੀਆਂ ਵੀ ਬਿਲਕੁਲ ਅਖੀਰਲੀਆਂ ਤੁਸੀਂ ਪੰਕਤੀਆਂ ਦੇਖੋ ਪਹਿਲੇ ਪਦੇ ਦੀਆਂ। ਹੁਣ ਆਪਾਂ ਇਹਨੂੰ ਵਿਚਾਰਦੇ ਹਾਂ ਵੀ ਇਹ ਇਸ ਪਾਵਨ ਪਦੇ ਵਿੱਚ ਪਾਤਸ਼ਾਹ ਕਹਿਣਾ ਚਾਹੁੰਦੇ ਨੇ, ਜਿਸ ਜਨ ਆਪਣਾ ਹੁਕਮ ਮਨਾਇਆ। ਥੋੜ੍ਹਾ ਇੱਥੋਂ ਗੱਲ ਪਕੜ 'ਚ ਆਏਗੀ ਵੀ ਪੂਰੀ ਪੌੜੀ 'ਚ ਕੀ ਕਹਿਣਾ ਚਾਹੁੰਦੇ ਆ ਪਾਤਸ਼ਾਹ, ਸਲੋਕ ਕੀ ਸੀ, ਪੂਰੀ ਅਸ਼ਟਪਦੀ ਵਿੱਚ ਕੀ ਕਹਿਣਾ ਚਾਹੁੰਦੇ ਆ। ਜਿਸ ਜਨ ਆਪਣਾ ਹੁਕਮ ਮਨਾਇਆ, ਜਨ ਬਹੁ ਬਚਨ ਹੈ, ਇੱਥੇ ਬਹੁਤੇ ਜਨਾਂ ਦੀ ਗੱਲ ਹੋ ਰਹੀ ਹੈ। ਜਿਨ੍ਹਾਂ ਜਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਹੁਕਮ ਮਨਾ ਲਿਆ, ਜਿਹੜੇ ਜਨ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹਨ, ਸਰਬ ਥੋਕ ਸਾਰੇ ਹੀ ਪਦਾਰਥ, ਸਰਬ ਸਾਰੇ ਹੀ ਪਦਾਰਥ ਉਹਨਾਂ ਨੂੰ ਉਹਨਾਂ ਨੇ ਥੋਕ ਦੇ ਵਿੱਚ ਹੀ ਪ੍ਰਾਪਤ ਕਰ ਲਏ, ਉਹਨਾਂ ਸੌਖੀਆਂ ਹੀ ਪ੍ਰਾਪਤ ਕਰ ਲਏ। ਕਿੰਨਾ ਨੇ ਦੁਨਿਆਵੀ ਪਦਾਰਥ ਪਾਈ, ਕਿੰਨਾ ਨੇ ਥੋਕ ਦੇ ਵਿੱਚ ਹੀ ਸੌਖੀਆਂ ਹੀ ਪ੍ਰਾਪਤ ਕਰ ਲਏ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਹੁਕਮ ਮਨਾ ਲਿਆ, ਜਿਹੜੇ ਉਹਦੇ ਹੁਕਮ ਦੇ ਅਧੀਨ ਚੱਲਦੇ ਨੇ। ਜਿਹੜਾ ਬੱਚਾ ਗੁਰਮੁਖੋ ਮਾਤਾ ਪਿਤਾ ਦੇ ਹੁਕਮ ਵਿੱਚ ਚੱਲਦਾ, ਉਹਦੀਆਂ ਸਾਰੀਆਂ ਸੁੱਖ ਸੁਵਿਧਾਵਾਂ ਦਾ ਫਿਕਰ ਮਾਂ ਪਿਓ ਨੂੰ ਹੀ ਹੁੰਦਾ। ਇੱਦਾਂ ਹੁੰਦਾ ਨਾ, ਮੈਂ ਕਈ ਵਾਰ ਸੋਚਦਾ ਹੁੰਦਾ ਵੀ ਅੱਜ ਕੱਲ੍ਹ ਨਾ ਬੱਚੀਆਂ ਨੇ ਸਾਡੀਆਂ ਲੜਕੀਆਂ, ਤੁਸੀਂ ਦੇਖੋ ਵੀ ਇਹ ਕੋਈ ਇਹ ਥੋੜ੍ਹਾ ਵੀ ਲੜਕ ਲੜਕੀ 'ਚ ਫਰਕ ਸਮਝਦੇ ਹਾਂ ਆਪਾਂ। ਇੱਦਾਂ ਕਈ ਵਾਰ ਨਾ ਸਾਨੂੰ ਲੜਕੀਆਂ ਦਾ ਫਿਕਰ ਬੱਚੀਆਂ ਦਾ ਫਿਕਰ ਵੱਧ ਹੁੰਦਾ ਹੁੰਦਾ ਨਾ। ਕਾਰਨ ਕੀ ਹੁੰਦਾ, ਕਿਉਂਕਿ ਧੀਆਂ ਨੇ ਜਿਹੜੀਆਂ ਬੱਚੀਆਂ ਨੇ ਉਹ ਮਾਂ ਪਿਓ ਦੇ ਨੇੜੇ ਬਹੁਤ ਰਹਿੰਦੀਆਂ ਨੇ। ਮਾਂ ਬਿਮਾਰ ਹੋ ਜਾਏਗੀ ਨਾ, ਮੰਨ ਲਓ ਮਾਂ ਬਿਮਾਰ ਹੋ ਗਈ, ਇੱਦਾਂ ਅੱਛਾ ਕਈ ਵਾਰ ਪੁੱਤ ਤਾਂ ਪੁੱਛਦਾ ਮੈਨੂੰ ਠੀਕ ਆ ਲੈ ਲਈ ਹੋਣੀ ਆ ਗੋਲੀ, ਉਹ ਬਾਹਰ ਹੀ ਛਾਲਾਂ ਮਾਰਦਾ ਫਿਰਦਾ। ਅੱਛਾ ਜਿਹੜੀ ਧੀ ਹੁੰਦੀ ਹੈ ਉਹ ਮਾਂ ਦੇ ਮੰਜੇ ਦੇ ਆਲੇ ਦੁਆਲੇ ਗੱਡੀ ਜਾਊ ਗਿੜੇ, ਇੱਦਾਂ ਉਹ ਉੱਥੇ ਬੈਠੀ ਰਹੂਗੀ ਉਹ। ਇੱਦਾਂ ਹੀ ਪਤਾ ਲੱਗੇ ਨਾ ਧੀ ਨੂੰ ਵੀ ਮੇਰੇ ਪਾਪਾ ਜੀ ਬਿਮਾਰ ਨੇ, ਉਹਦੇ ਆਲੇ ਦੁਆਲੇ ਗਿੜੇ ਕੱਢੀ ਜਾਊਗੀ। ਕਈ ਵਾਰ ਪੁੱਤ ਫਿਕਰ ਹੀ ਨਹੀਂ ਕਰਦਾ ਇੱਦਾਂ, ਅਤੇ ਫਿਰ ਜਦੋਂ ਕਦੇ ਧੀ 5 ਮਿੰਟ ਵੀ ਲੇਟ ਹੋ ਜੇ ਫਿਰ ਕਿੱਦਾਂ ਫਿਕਰ ਪੈ ਜਾਂਦਾ ਮਾਂ ਪਿਓ ਨੂੰ। ਪੁੱਤ ਕਈ ਵਾਰ 4 ਘੰਟੇ ਵੀ ਨਹੀਂ ਮੁੜਦਾ, ਇੱਥੇ ਹੋਣਾ ਕਿਤੇ ਵਿਗੜਿਆ ਫਿਰਦਾ ਹੋਣਾ ਇੱਥੇ, ਕਈ ਵਾਰ ਆਪਾਂ ਇੱਦਾਂ ਹੀ ਕਹਿ ਦਿੰਦੇ ਹਾਂ। ਕਾਰਨ ਕੀ ਹੈ, ਉਹਦਾ ਸਨੇਹ ਵੱਖਰਾ ਹੈ ਇਸੇ ਤਰ੍ਹਾਂ ਦੇ ਨਾਲ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਉਹਦੇ ਹੁਕਮ 'ਚ ਚੱਲਦੇ ਨੇ ਨਾ, ਉਹਦੇ ਹੁਕਮ 'ਚ ਚੱਲਦੇ ਹਨ, ਉਹਦੇ ਹੁਕਮ 'ਚ ਚੱਲਦੇ ਨੇ, ਉਹਨਾਂ ਨੂੰ ਸਾਰੀਆਂ ਦਾਤਾਂ ਸੌਖੀਆਂ ਹੀ ਮਿਲ ਜਾਂਦੀਆਂ ਨੇ। ਅਤੇ ਜਿਹੜਾ ਉਹਦੇ ਹੁਕਮ ਤੋਂ ਬਾਹਰ ਹੈ, ਪਾਤਸ਼ਾਹ ਕਹਿੰਦੇ ਉਹ ਦਾਤਾਂ ਲੈ ਕੇ ਵੀ ਸੁੱਖ ਨਹੀਂ ਮਾਣ ਸਕਦਾ। ਕਿਹਨਾਂ ਦੀ ਗੱਲ ਕੀਤੀ, 10 ਵਸਤੂ ਲੈ ਪਾਛੈ ਪਾਵੈ, 10 ਵਸਤੂ ਲੈ ਪਾਛੇ ਪਾਵੈ। ਪਾਤਸ਼ਾਹ ਕਹਿੰਦੇ 10 ਵਸਤੂਆਂ ਪਰਮਾਤਮਾ ਦੇ ਕੋਲੋਂ ਪ੍ਰਾਪਤ ਕਰ ਲਈਆਂ, ਏਕ ਵਸਤ ਕਾਰਨ। ਅੱਛਾ 11 ਮੰਗੀਆਂ ਸੀ, 10 ਮਿਲ ਗਈਆਂ, ਇੱਕ ਨਹੀਂ ਮਿਲੀ। ਬੇਖੋਟ
ਗਵਾਵੈ, ਵਿਖੋਟ ਹੁੰਦਾ ਇਤਬਾਰ। ਵਿਖੋਟ ਦਾ ਕੀ ਅਰਥ ਹੈ? ਵਿਸ਼ਵਾਸ, ਇਤਬਾਰ। ਇੱਕ ਨਹੀਂ ਮਿਲੀ ਉਹਦੇ ਕਰਕੇ ਦਸਾਂ ਨੂੰ ਭੁੱਲ ਗਿਆ ਅਤੇ ਇੱਕ ਦੇ ਉਲਾਂਭੇ ਦਿੱਤੇ। ਨੁਕਤਾ ਸਮਝੋ ਬੜੇ ਧਿਆਨ। ਗਿਆਰਾਂ ਮੰਗੀਆਂ, ਇੱਕ ਦਸ ਮਿਲ ਗਈਆਂ, ਇੱਕ ਮਿਲੀ ਨਹੀਂ। ਜਿਹੜੀਆਂ ਮਿਲੀਆਂ ਉਹ ਦਸ ਭੁੱਲ ਗਿਆ, ਜਿਹੜੀ ਨਹੀਂ ਮਿਲੀ ਉਹਨੂੰ ਚੇਤੇ ਕਰੀ ਜਾਂਦਾ। ਏਕ ਵਸਤ ਕਾਰਨ, ਜਿਹੜੀ ਇੱਕ ਵਸਤੂ ਨਹੀਂ ਮਿਲੀ ਉਹਨੂੰ ਚੇਤੇ ਕਰ ਕਰਕੇ ਵਿਖੋਟ ਗਵਾਵੈ, ਕਹਿਣ ਲੱਗੇ ਆਪਣਾ ਇਤਬਾਰ ਗਵਾ ਲੈਂਦਾ, ਆਪਣਾ ਭਰੋਸਾ ਹੀ ਗਵਾ ਲੈਂਦਾ ਪਰਮਾਤਮਾ ਤੋਂ। ਸਭ ਕੁਛ ਨਹੀਂ ਮਿਲਦਾ ਗੁਰਮੁਖ, ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ। ਤੁਸੀਂ ਜਿੰਨੇ ਆਪਾਂ ਬੈਠੇ ਹਾਂ, ਤੁਸੀਂ ਸੋਚ ਕੇ ਦੇਖੋ ਵੀ ਜੋ ਜੋ ਅਸੀਂ ਆਪਣੇ ਮਾਂ ਪਿਓ ਕੋਲੋਂ ਮੰਗਦੇ ਰਹੇ ਹਾਂ ਕਿ ਸਾਨੂੰ 100% ਸਭ ਕੁਛ ਮਿਲ ਜਾਂਦਾ ਸੀ, ਇੱਦਾਂ ਨਹੀਂ ਨਾ। ਕੀ ਮਿਲਦਾ ਸੀ? ਜਿਹੜੀਆਂ ਚੀਜ਼ਾਂ ਸਾਡੇ ਮਾਂ ਪਿਓ ਨੂੰ ਲੱਗਦੀਆਂ ਸੀ ਵੀ ਇਹਦੇ ਲਈ ਜ਼ਰੂਰੀ ਹਨ, ਇਹਦੇ ਲਈ ਜ਼ਰੂਰੀ ਨੇ ਉਹ ਲੈ, ਜਿਹੜੀਆਂ ਲੱਗਦੀਆਂ ਸੀ ਵੀ ਇਹਦੇ ਨਾਲ ਇਹਨੂੰ ਖਤਰਾ ਹੋ ਸਕਦਾ, ਇਹਦੇ ਕੰਮ ਦੀ ਨਹੀਂ ਹੈ, ਇਹਨਾਂ ਚੀਜ਼ਾਂ ਇਹਨੂੰ ਦੇਵਾਂਗੇ ਤਾਂ ਵਿਗੜ ਜਾਏਗਾ, ਉਹ ਮਾਂ ਪਿਓ ਚੀਜ਼ਾਂ ਕਦੇ ਨਹੀਂ ਸੀ ਲੈ ਕੇ ਦਿੰਦੇ। ਅਸੀਂ ਰੋਂਦੇ ਇੱਦਾਂ ਕਰ ਲਾਉਂਦੇ, ਮਾਂ ਨੇ ਕਹਿਣਾ ਤੈਨੂੰ ਰੋਂਦਿਆਂ ਦੇਖ ਸਕਦੀ ਹਾਂ, ਤੈਨੂੰ ਉੱਜੜਦਿਆਂ ਨਹੀਂ ਦੇਖ ਸਕਦੀ। ਇੱਦਾਂ ਹੁੰਦਾ ਸੀ ਨਾ ਜੀ, ਤੈਨੂੰ ਰੋਂਦਿਆਂ ਵੇਖ ਸਕਦੇ ਹਾਂ ਪਰ ਤੈਨੂੰ ਉੱਜੜਿਆ ਹੋਇਆ ਨਹੀਂ ਦੇਖ ਸਕਦੇ। ਇੱਦਾਂ ਅਰਥ ਕੀ ਬਣਿਆ? ਪਰਮੇਸ਼ਰ ਵੀ ਮਾਂ ਪਿਓ ਵਰਗਾ ਹੀ ਤਾਂ ਹੈ। ਏਕ ਪਿਤਾ ਏਕ ਸਕੇਹਮ ਬਾਰਕ, ਅਸੀਂ ਉਹਦੇ ਕੋਲੋਂ ਦਸ ਮੰਗਦੇ ਹਾਂ, ਵਾਹਿਗੁਰੂ ਪਰਮੇਸ਼ਰ ਨੇ ਉਹ ਚੀਜ਼ਾਂ ਸਾਨੂੰ ਦੇ ਦੇਣੀਆਂ ਨੇ ਜਿਹੜੀਆਂ ਸਾਡੇ ਫਾਇਦੇ ਲਈ ਨੇ, ਸਾਡੇ ਸੁੱਖ ਲਈ ਨੇ। ਜਿਹੜੀਆਂ ਚੀਜ਼ਾਂ ਵਿੱਚੋਂ ਸਾਨੂੰ ਦੁੱਖ ਮਿਲਣਾ ਉਹ ਨਹੀਂ ਦਿੰਦਾ। ਇੰਜ ਸਮਝ ਲੈਣਾ ਚਾਹੀਦਾ ਵੀ ਇਹ ਚੀਜ਼ ਮੈਨੂੰ ਤਾਂ ਨਹੀਂ ਮਿਲੀ, ਇਹਦੇ ਵਿੱਚੋਂ ਮੈਨੂੰ ਸੁੱਖ ਨਹੀਂ ਮਿਲਣਾ, ਇਹ ਮੇਰੇ ਲਈ ਨੁਕਸਾਨਦਾਇਕ ਹੈ, ਇਸ ਕਰਕੇ ਰੱਬ ਨੇ ਮੈਨੂੰ ਨਹੀਂ ਦਿੱਤੀ। ਇੱਦਾਂ ਗੁਰਮੁਖੋ ਇਹ ਸਮਝ ਲੈਣਾ ਚਾਹੀਦਾ। ਸਾਰੀਆਂ ਇੱਦਾਂ ਕਦੇ ਨਹੀਂ ਹੁੰਦਾ ਵੀ ਸਭ ਕੁਛ ਹੀ ਮਿਲ ਜਾਏ, ਇਹ ਕਦੇ ਵੀ ਨਹੀਂ ਹੁੰਦਾ। ਦਸ ਵਸਤੂ ਲੇ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਸੋਚ, ਏਕ ਭੀ ਨਾ ਦੇ ਜੇ ਰੱਬ ਤੈਨੂੰ ਇੱਕ ਵੀ ਨਾ ਦਿੰਦਾ। ਦਸ ਭੀ ਹਿਰ ਲੇ, ਹਿਰ ਕੀ ਹੁੰਦਾ? ਖੋਹ ਲੈਣਾ। ਜਿਹੜੀਆਂ ਦਸ ਦਿੱਤੀਆਂ ਨੇ ਇਹ ਵੀ ਖੋਹ ਲੈਂਦਾ। ਤੋ ਮੂੜਾ ਕੋ ਕਹਾਂ ਕਰੇ, ਦਸ ਮੂਰਖਾਂ ਤੂੰ ਰੱਬ ਦਾ ਕੀ ਕਰ ਲੈਂਦਾ? ਤੈਨੂੰ ਦਸ ਮਿਲ ਗਈਆਂ ਨੇ, ਸ਼ੁਕਰਾਨਾ ਕਰ, ਧੰਨਵਾਦ ਕਰ। ਸੋਚ ਕੇ ਦੇਖ, ਜੇ ਤੈਨੂੰ ਦਸ ਨਾ ਦਿੰਦਾ, ਜਿਹੜੀਆਂ ਤੇਰੇ ਕੋਲ ਨੇ ਉਹ ਵੀ ਖੋਹ ਲੈਂਦਾ, ਦਸ ਤੂੰ ਰੱਬ ਦਾ ਕੀ ਵਿਗਾੜ ਲੈਣਾ ਸੀ? ਦਸ ਤੂੰ ਕੀ ਰੱਬ ਦੇ ਉੱਤੇ FIR ਦਰਜ ਕਰਵਾ ਦੇਣੀ ਸੀ? ਕੁਛ ਵੀ ਨਹੀਂ ਸੀ ਕਰਨ ਕੋ, ਕੀ ਕਰ ਸਕਦੇ ਹਾਂ ਅਸੀਂ ਰੱਬ ਦਾ? ਕੁਛ ਵੀ ਨਹੀਂ ਕਰ ਸਕਦੇ, ਕਿਉਂਕਿ ਰੱਬ ਦੇ ਕੋਲੋਂ ਜੋ ਮਿਲਦਾ ਨਾ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਹੱਕ ਨਾਲ ਨਹੀਂ ਮਿਲਦਾ, ਉੱਥੇ ਤਰਸ ਨਾਲ ਮਿਲਦਾ। ਹੱਕ ਨਾਲ ਨਹੀਂ ਮਿਲਦਾ, ਆ ਸਾਨੂੰ ਸਰੀਰ ਮਿਲਿਆ, ਅਸੀਂ ਕੋਈ ਮਿਹਨਤ ਕੀਤੀ, ਕੋਈ ਹੱਕ ਹੈ ਸਾਡਾ? ਨਾ, ਤਰਸ ਹੈ ਉਹਦਾ, ਤਾਂ ਤਰਸ ਹੈ ਉਹਦਾ। ਇਸੇ ਤਰ੍ਹਾਂ ਜਿਹੜੇ ਸਾਨੂੰ ਸੁੱਖ, ਆਪਾਂ ਕਹਿੰਦੇ ਹਾਂ ਜੀ ਮੈਂ ਇੰਨੀ ਮਿਹਨਤ ਕੀਤੀ, ਇੰਨੇ ਸਾਲ ਉਹਨਾਂ ਨੂੰ ਅੱਧ ਚਾਹੀਦਾ, ਬੰਦਾ ਦੁਨਿਆਵੀ ਤੌਰ 'ਤੇ ਕਹਿ ਦਿੰਦਾ,
ਪਰ ਚੇਤਾ ਰੱਖੀ ਜਿਹੜੀਆਂ ਦਾਤਾਂ ਤੈਨੂੰ ਰੱਬ ਦੇ ਘਰ ਵਿੱਚੋਂ ਮਿਲੀਆਂ ਨੇ, ਤੂੰ ਸੋਚ ਕੇ ਦੇਖ ਜਿੰਨੇ ਸੁੱਖ ਸਾਧਨ ਤੈਨੂੰ ਮਿਲੇ ਨੇ, ਇੰਨੀ ਮਿਹਨਤ ਤੇਰੀ ਹੈ। ਆਪਾਂ ਦੇਖੀਏ ਨਾ ਸੋਚ ਕੇ ਕਿਤੇ ਨਹੀਂ ਨਾ, ਇਹ ਉਹਦੇ ਤਰਸ ਉਹਦੀ ਦਇਆ ਦੇ ਵਿੱਚੋਂ ਹੈ। ਤੋ ਏਕ ਭੀ ਨਾ ਦੇ ਦਸ ਭੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕਰ ਸਿਓ ਨਾਹੀ ਚਾਰਾ। ਜਿਸ ਪਰਮਾਤਮਾ ਦੇ ਅੱਗੇ ਕੋਈ ਚਾਰਾ ਨਾ ਚੱਲੇ, ਕੋਈ ਯਤਨ ਨਾ ਚੱਲੇ, ਚਾਰਾ ਹੁੰਦਾ ਯਤਨ। ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕਹੋ ਕੀਜੈ ਸਦ ਨਮਸਕਾਰਾ। ਉਸ ਪਰਮਾਤਮਾ ਨੂੰ ਤੇ ਨਮਸਕਾਰ ਹੀ ਕਰਨੀ ਚਾਹੀਦੀ ਹੈ ਨਾ, ਜਿਹਦੇ ਉੱਤੇ ਕੋਈ ਡਰ ਨਹੀਂ ਚੱਲਦਾ, ਕੋਈ ਖੌਫ ਨਹੀਂ ਚੱਲਦਾ, ਕੋਈ ਯਤਨ ਨਹੀਂ ਚੱਲਦਾ। ਪਤਾ ਹੈ ਵੀ ਇਹਦੇ ਸਾਹਮਣੇ ਤਾਂ ਝੁੱਕ ਜਾਵਾਂਗੇ ਤਾਂ ਹੀ ਮਿਲਣਾ ਹੈ। ਇਹਦੇ ਦਰ ਦੇ ਉੱਤੇ ਹੁਕਮ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਇਹਦੇ ਸਾਹਮਣੇ ਹੁਕਮ ਅਸੀਂ ਰੱਬ ਨੂੰ ਥੋੜ੍ਹਾ ਕਰ ਸਕਦੇ ਹੁਕਮ ਵੀ ਸਾਨੂੰ ਇਹ ਦੇ, ਬੇਨਤੀ ਕਰ ਸਕਦੇ ਉਹਦੇ ਮੂਹਰੇ। ਭਿਖਾਰੀ ਗੁਰਮੁਖੋ ਅਮੀਰਾਂ ਦੇ ਅੱਗੇ ਦੇ ਲੈਣ ਵਾਲਿਆਂ ਦੇ ਅੱਗੇ ਬੇਨਤੀਆਂ ਹੀ ਤਾਂ ਕਰਦਾ, ਬੇਨਤੀਆਂ ਹੀ। ਇਸ ਕਰਕੇ ਜਿਸ ਠਾਕਰ ਸਿਓ ਨਾਹੀਂ ਚਾਰਾ ਤਾਂ ਕਉ ਕੀਜੈ ਸਦ ਨਮਸਕਾਰਾ। ਜਿਹਦੇ ਅੱਗੇ ਤੇਰਾ ਕੋਈ ਚਾਰਾ ਕੋਈ ਯਤਨ ਚੱਲ ਹੀ ਨਹੀਂ ਸਕਦਾ, ਉਹਦੇ ਅੱਗੇ ਤੇ ਭਾਈ ਨਮਸਕਾਰ ਕਰਨੀ ਹੀ ਬਣਦੀ ਹੈ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਕਹਿਣ ਲੱਗੇ ਜਾ ਕੈ ਮਨ ਲਾਗਾ ਪ੍ਰਭ ਮੀਠਾ। ਜਿਸ ਦੇ ਮਨ ਨੂੰ ਪਰਮਾਤਮਾ ਜੀ ਮਿੱਠੇ ਲੱਗਦੇ ਨੇ, ਜਿਸ ਦੇ ਮਨ ਨੂੰ ਪਰਮਾਤਮਾ ਜੀ ਦਾ ਹੁਕਮ ਮਿੱਠਾ ਲੱਗਦਾ ਹੈ, ਚੰਗਾ ਲੱਗਦਾ ਹੈ, ਸਰਬ ਸੁਖ ਸਾਰੇ ਹੀ ਸੁੱਖ ਤਾਹੂ ਉਸਦੇ ਮਨ ਬੂਠਾ ਬੂਠਾ ਹੁੰਦਾ ਵਸ ਜਾਣਾ, ਸਾਰੇ ਸੁੱਖ ਉਹਦੇ ਮਨ ਵਿੱਚ ਵਸ ਜਾਂਦੇ ਨੇ ਜਿਸ ਨੂੰ ਪਰਮਾਤਮਾ ਦਾ ਹੁਕਮ ਚੰਗਾ ਲੱਗਦਾ ਹੈ, ਸਾਰੇ ਸੁੱਖ ਹੋ ਜਾਂਦੇ ਨੇ। ਗੁਰਮੁਖ ਸਾਰੇ ਸੁੱਖ ਦਾ ਅਰਥ ਹੈ ਤੇਰੇ ਕੋਲ ਕੁਛ ਨਾ ਵੀ ਹੋਵੇ ਨਾ ਤੂੰ ਤਾਂ ਵੀ ਸੁਖੀ ਹੋਵੇਂਗਾ, ਇੱਦਾਂ ਹੁੰਦਾ ਗੁਰਮੁਖ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਛੀਵਾੜੇ ਦੇ ਜੰਗਲ ਵਿੱਚ ਵੀ ਸੁੱਖ ਸੁੱਖ ਦੇ ਵਿੱਚ ਨੇ। ਬੰਦਾ ਇੱਥੇ ਮਹਿਲਾਂ ਵਿੱਚ ਬੈਠਾ ਵੀ ਦੁਖੀ ਹੋਇਆ ਬੈਠਾ, ਇੱਦਾਂ ਹੀ ਹੈ ਨਾ। ਉਸ ਜਿਹੜੇ ਆਤਮਕ ਸੁੱਖ ਨੇ ਉਹ ਕਿਉਂ ਨੇ? ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਰਮਾਤਮਾ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ। ਬਸ ਉਹਦਾ ਹੁਕਮ ਹੈ, ਉਹਨੂੰ ਮਿੱਠਾ ਕਰਕੇ ਜੋ ਪਰਮੇਸ਼ਰ ਕਰ ਰਿਹਾ ਨਾ ਇੱਦਾਂ, ਉਹ ਸਹੀ ਹੈ। ਹੋ ਸਕਦਾ ਵੀ ਸਾਨੂੰ ਸਹੀ ਨਾ ਲੱਗਦਾ ਹੋਵੇ, ਪਰ ਅਸਲ ਦੇ ਵਿੱਚ ਉਹ ਸਹੀ ਹੁੰਦਾ ਹੈ। ਇੱਦਾਂ ਕਰਕੇ ਤੂੰ ਪਾਤਸ਼ਾਹ ਕਹਿੰਦੇ ਉਹਦੇ ਹੁਕਮ ਨੂੰ ਸਵੀਕਾਰ ਕਰ, ਉਹਦੇ ਹੁਕਮ ਨੂੰ ਪ੍ਰਵਾਨ ਕਰ ਵੀ ਨਹੀਂ ਮੇਰੀ ਸੋਚਣੀ ਗਲਤ ਹੋ ਸਕਦੀ ਹੈ, ਮੇਰੇ ਦੇਖਣ ਦਾ ਨਜ਼ਰੀਆ ਗਲਤ ਹੋ ਸਕਦਾ, ਵਾਹਿਗੁਰੂ ਪਰਮੇਸ਼ਰ ਤੂੰ ਵੀ ਕਦੇ ਗਲਤ ਹੋ ਸਕਦਾ, ਬਿਲਕੁਲ ਹੀ ਨਹੀਂ। ਇੱਦਾਂ ਹੁਣ ਤੁਸੀਂ ਸੋਚ ਕੇ ਦੇਖੋ ਗੁਰਮੁਖੋ, ਇੱਦਾਂ ਮੰਨ ਲਓ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਾਰ ਪੁੱਤਰ ਨੇ, ਮੈਂ ਕੱਲ੍ਹ ਬੈਠਾ ਨਾ ਵਿਚਾਰ ਰਿਹਾ ਸੀ, ਇੱਦਾਂ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰ ਸ਼ਹੀਦ ਨਾ ਹੁੰਦੇ, ਇਤਿਹਾਸ ਹੋਰ ਹੁੰਦਾ ਨਾ, ਪਰ ਜਿੱਦਾਂ ਦਾ ਅੱਜ ਹੈ ਉੱਦਾਂ ਦਾ ਨਹੀਂ ਸੀ ਹੋਣਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਦੀ ਸ਼ਹੀਦੀ ਨੇ ਹੀ
ਲੋਕਾਂ ਦੇ ਮਨਾਂ ਅੰਦਰ ਇੰਨਾ ਜੋਸ਼ ਅਤੇ ਇੰਨਾ ਰੋਸ ਭਰਿਆ ਕਿ 7-8 ਪੀੜ੍ਹੀਆਂ ਦਾ ਜਿਹੜਾ ਰਾਜ ਸੀ ਉਹ ਇੱਕਦਮ ਲੋਕਾਂ ਨੇ ਪਲਟਾ ਦਿੱਤਾ। ਉਹ ਤਾਂ ਹੀ ਹੋਇਆ, ਉਹ ਇੰਨਾ ਵੱਡਾ ਰਾਜ ਉਹ ਪਲਟਾ ਦਿੱਤਾ ਨਾ, ਇੱਦਾਂ ਉਹ ਕਾਰਨ ਬਣਿਆ ਇੱਕ। ਹੋ ਸਕਦਾ ਜਿਹੜਾ ਕੰਮ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਕਰ ਦਿੱਤਾ ਉਹ ਜਿਉਂਦੇ ਜੀ ਨਾ ਕਰ ਸਕਦੇ। ਇੱਦਾਂ ਹੋ ਸਕਦਾ ਹੈ ਜਿਹੜੀ ਕਰਾਮਾਤ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਨੇ ਵਰਤਾ ਦਿੱਤੀ ਉਹ ਕਰਾਮਾਤ ਜਿਉਂਦੇ ਜੀ ਨਾ ਵਾਪਰਦੀ? ਹੁਕਮ ਹੈ ਨਾ ਉਹਦਾ, ਜੋ ਉਹਦੇ ਹੁਕਮ ਅੰਦਰ ਵਰਤਿਆ। ਇੱਦਾਂ ਜੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਇੱਦਾਂ ਚਾਂਦਨੀ ਚੌਂਕ ਸ਼ਹੀਦ ਨਾ ਕੀਤੇ ਜਾਂਦੇ ਤਾਂ ਕੀ ਅੱਜ ਹਿੰਦੂ ਸਮਾਜ ਓਨਾ ਸਤਿਕਾਰ ਕਰਦਾ? ਮੰਨਦੇ ਆ ਨਾ, ਅੱਜ ਸਤਿਕਾਰ ਹੈ ਨਾ, ਅੱਜ ਤੋਂ ਵਿਧ ਨਾਲ ਵਿਧ ਜੁੜਦੀ ਹੈ। ਇਸ ਕਰਕੇ ਜੋ ਪਰਮਾਤਮਾ ਨੇ ਕੀਤਾ ਨਾ ਉਹ ਬਿਲਕੁਲ ਸਹੀ ਹੈ, ਉਹਦੇ ਉੱਤੇ ਉਟੰਕਣ ਨਹੀਂ। ਇੱਦਾਂ ਹੁਕਮ ਹੈ ਉਹਦਾ, ਔਰ ਗੁਰੂ ਸਾਹਿਬਾਨਾਂ ਨੇ ਸਾਨੂੰ ਉਹ ਹੁਕਮ ਪ੍ਰਵਾਨ ਕਰਨਾ ਸਿਖਾਇਆ ਵੀ ਇੱਦਾਂ ਭਾਈ ਪ੍ਰਵਾਨ ਕਰ, ਇਹ ਸਭ ਤੋਂ ਸਹੀ ਇਹ ਸੀ ਜੋ ਪਰਮਾਤਮਾ ਨੇ ਕੀਤਾ, ਸਭ ਤੋਂ ਸਹੀ ਇਹ ਸੀ, ਇਸ ਤੋਂ ਸਹੀ ਕੁਛ ਹੋ ਹੀ ਨਹੀਂ ਸਕਦਾ। ਇੱਦਾਂ ਤੋ ਪਾਤਸ਼ਾਹ ਕਹਿੰਦੇ, ਜਾ ਕੈ ਮਨ ਲਾਗਾ ਪ੍ਰਭ ਮੀਠਾ, ਜਿਸ ਦੇ ਮਨ ਵਿੱਚ ਪ੍ਰਭੂ ਦਾ ਹੁਕਮ ਮਿੱਠਾ ਲੱਗਦਾ ਹੈ, ਸਰਬ ਸੂਖ ਤਾਹੂ ਮਨ ਬੂਠਾ। ਇਸ ਕਰਕੇ ਭਾਈ ਸ਼ੁਕਰਾਨਾ ਕਰਿਆ ਕਰ, ਸਾਰੇ ਸੁੱਖ ਨੇ, ਸਾਰਾ ਆਨੰਦ ਹੈ, ਸਾਰੇ ਆਤਮਕ ਵਡਿਆਈਆਂ ਨੇ ਜਿਹੜੀਆਂ ਉਹਦੇ ਮਨ ਵਿੱਚ ਵਾਸਾ ਕਰ ਲੈਂਦੀਆਂ ਨੇ, ਵਸ ਜਾਂਦੀਆਂ ਨੇ। ਸਬਰ ਸੰਤੋਖ ਸਤ ਧੀਰਜ ਧਰਮ ਦਇਆ ਉਹਦੇ ਮਨ ਵਿੱਚ ਵਸ ਜਾਂਦੀ ਹੈ ਆ ਕੇ, ਜਿਹੜੇ ਉਹਦੇ ਹੁਕਮ ਨੂੰ ਮਿੱਠਾ ਕਰਕੇ ਮੰਨ ਲੈਂਦੇ ਆ। ਗੁਰੂ ਗੋਬਿੰਦ ਸਿੰਘ ਨਾ ਗੁਰੂ ਪਾਤਸ਼ਾਹ ਗੁਰਮੁਖੋ ਢਿਲਵਾਂ ਕਲਾਂ ਪਹੁੰਚਦੇ ਨੇ, ਕੋਟਪੁਰ ਦੇ ਨਜ਼ਦੀਕ ਪੈਂਦਾ ਇਹ ਨਗਰ। ਅੱਛਾ, ਨਗਰ ਛੋਟਾ ਜਿਹਾ ਸੀ ਉਦੋਂ, ਅਤੇ ਗੁਰੂ ਪਾਤਸ਼ਾਹ ਦੇ ਨਾਲ ਫੌਜਾਂ ਇੱਦਾਂ ਵਾਹਵਾ ਚੱਲਦੀਆਂ ਸੀ, ਕਿਉਂਕਿ ਕਈ ਮਹੀਨੇ ਪਾਤਸ਼ਾਹ ਉਸ ਇਲਾਕੇ ਦੇ ਵਿੱਚ ਰਹਿ ਕੇ ਦੁਬਾਰਾ ਫਿਰ ਫੌਜਾਂ ਤਿਆਰ ਕਰਦੇ ਆ, ਜਿਹਦੇ ਨਾਲ ਫਿਰ ਮੁਕਤਸਰ ਸਾਹਿਬ ਦੀ ਜੰਗ ਲੜੀ ਜਾਂਦੀ ਹੈ। ਇੱਦਾਂ ਸਮਾਂ ਪਾਤਸ਼ਾਹ ਨੂੰ ਮਿਲਿਆ ਇੱਥੇ ਕਈ ਮਹੀਨਿਆਂ ਦਾ। ਅੱਛਾ, ਜਦੋਂ ਪਾਤਸ਼ਾਹ ਨਗਰ ਵਿੱਚ ਗਏ ਤਾਂ ਇੱਦਾਂ ਦਾ ਇੱਕ ਵੀ ਘਰ ਨਹੀਂ ਸੀ ਜਿਹੜਾ ਇੱਕੋ ਘਰ ਸਾਰੇ ਸਿੱਖਾਂ ਦੀ ਸੇਵਾ ਕਰ ਸਕੇ, ਇੱਕ ਵੀ ਘਰ ਨਹੀਂ ਸੀ ਐਸਾ, ਵੀ ਭਾਵ ਕਿ ਉਹ ਘਰ ਵਿੱਚ ਬਹੁਤੇ ਅਮੀਰ ਨਹੀਂ ਸੀ ਵੱਸਦੇ, ਸਧਾਰਨ ਜਿਹੇ ਸਿੱਖ ਵੱਸਦੇ ਸੀ, ਪਰ ਪਿੰਡ ਦੇ ਲੋਕਾਂ ਦੇ ਮਨ ਦੀ ਇਹ ਭਾਵਨਾ ਸੀ ਵੀ ਅਸੀਂ ਗੁਰੂ ਪਾਤਸ਼ਾਹ ਦੀ ਸੇਵਾ ਕਰਨੀ ਕਰਨੀ ਹੈ। ਪਿੰਡ ਦੇ ਸਿਆਣੇ ਇਕੱਠੇ ਹੋਏ, ਉਹਨਾਂ ਕਿਹਾ ਵੀ ਜਿੰਨੇ ਸਿੱਖ ਨੇ ਨਾ, ਕੋਈ ਇੱਕ ਨੂੰ, ਕੋਈ ਦੋ ਨੂੰ, ਕੋਈ ਚਾਰ ਨੂੰ, ਜਿੰਨਿਆਂ ਜਿੰਨਿਆਂ ਨੂੰ ਆਪਣੇ ਘਰ ਵਿੱਚ ਲਿਜਾ ਸਕਦਾ, ਛਕਾ ਸਕਦਾ, ਉਹਨਾਂ ਉਹਨਿਆਂ ਨੂੰ ਲੈ ਜਾਓ। ਵੀ ਆਪਾਂ ਸਾਰੇ ਸਿੱਖਾਂ ਨੂੰ ਇੱਕ ਘਰ ਤਾਂ ਨਹੀਂ ਲਿਜਾ ਸਕਦਾ, ਆਪਾਂ ਇਕੱਲੇ ਦੋ ਦੋ ਚਾਰ ਚਾਰ ਸਿੱਖਾਂ ਦੀ ਸੇਵਾ ਕਰ ਦਿਓ, ਵੰਡ ਕੇ ਕਰ ਲਓ। ਕਹਿੰਦੇ ਠੀਕ ਹੈ ਜੀ। ਗੁਰਮੁਖੋ ਇੱਕ ਸਿੱਖ ਸੀ, ਬੜਾ ਗਰੀਬੜਾ ਜਿਹਾ, ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੇ ਘਰ ਵਿੱਚ ਹੈ ਕੀ, ਦਿਹਾੜੀਦਾਰ ਸੀ, ਮਜ਼ਦੂਰ ਬਿਲਕੁਲ। ਪਰ ਗੁਰੂ ਪਾਤਸ਼ਾਹ ਦੇ ਸਿੱਖ ਘਰ ਵਿੱਚ ਪਿੰਡ ਵਿੱਚ ਆਏ ਨੇ, ਸੇਵਾ ਕਰਨ ਦੀ ਭਾਵਨਾ ਉਹਦੀ ਵੀ ਸੀ। ਅੱਛਾ, ਉਹਨੇ ਵੀ ਇੱਕ ਸਿੱਖ ਨੂੰ ਕਿਹਾ, ਕਹਿਣ ਲੱਗੇ ਸਿੱਖਾ ਤੂੰ ਮੇਰੇ ਘਰ ਚੱਲ। ਦਿਹਾੜੀ ਤੋਂ ਵਾਪਸ ਘਰ ਮੁੜਦਾ ਪਿਆ ਸੀ,
ਪਤਾ ਲੱਗਿਆ ਵੀ ਇੰਜ ਸਿੱਖ ਗੁਰੂ ਕਿ ਸਿੱਖ ਸਾਡੇ ਘਰਾਂ 'ਚ ਜਾ ਰਹੇ ਨੇ ਸਾਰਿਆਂ ਦੇ, ਅਤੇ ਇੱਕ ਸਿੱਖ ਨੂੰ ਬੇਨਤੀ ਕਰ ਦਿੱਤੀ। ਜਿਹਨੂੰ ਬੇਨਤੀ ਕੀਤੀ ਉਹਦਾ ਨਾਮ ਸੀ ਭਾਈ ਮਲਾਗਰ ਸਿੰਘ। ਸਿੱਖਾ ਤੂੰ ਵੀ ਮੇਰੇ ਨਾਲ ਚੱਲ, ਲੈ ਗਿਆ ਨਾਲ। ਨਾਲ ਜਦੋਂ ਲੈ ਗਿਆ ਨਾ, ਜਾ ਕੇ ਘਰ ਨੂੰ ਸਿੱਖ ਨੂੰ ਪਲੰਘ 'ਤੇ ਬਿਠਾਇਆ, ਉਹਨੂੰ ਪਾਣੀ ਧਿਆਣੀ ਪਿਆਇਆ। ਘਰ ਵਾਲੇ ਨੂੰ ਪੁੱਛਦਾ, ਕਹਿਣ ਲੱਗਾ ਵੀ ਹੈ ਕੁਛ ਘਰ ਦੇ ਵਿੱਚ? ਉਹ ਕਹਿਣ ਲੱਗੀ ਵੀ ਘਰੇ ਤਾਂ ਕੁਛ ਵੀ ਨਹੀਂ ਹੈ, ਮੈਨੂੰ ਤਾਂ ਇਹ ਸੀ ਵੀ ਤੁਸੀਂ ਗਏ ਹੋ ਦਿਹਾੜੀ ਕਰਨ ਅਤੇ ਤੁਸੀਂ ਲੈ ਕੇ ਆਉਂਗੇ, ਅਤੇ ਜੋ ਲੈ ਕੇ ਆਉਂਗੇ ਉਹਦੇ ਨਾਲ ਆਪਾਂ ਖਾਣਾ ਬਣਾ ਕੇ ਛਕ ਲਵਾਂਗੇ। ਗੁਰਮੁਖੋ, ਇੰਨੀ ਵੀ ਸਿੱਖਾਂ 'ਤੇ ਗਰੀਬੀ ਰਹੀ ਵੀ ਜੋ ਸਾਰਾ ਦਿਨ ਖਾਂਦੇ ਕਰਦੇ ਸੀ ਨਾ, ਸ਼ਾਮ ਨੂੰ ਉਹ ਮਿਲਦਾ ਸੀ ਅਤੇ ਉਹਦੇ ਨਾਲ ਗੁਜ਼ਾਰਾ ਕਰਦੇ ਸੀ, ਪਰ ਰੱਬ ਦੇ ਭਾਣੇ ਅੰਦਰ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਸੀ। ਅੱਜ ਜਿਹੜਾ ਬੰਦਾ ਚਾਰ ਚਾਰ ਪੀੜ੍ਹੀਆਂ ਦਾ ਜੋੜੀ ਬੈਠਾ ਨਾ, ਰੱਬ ਦਾ ਸ਼ੁਕਰਾਨਾ ਕਰਨ ਨੂੰ ਤਿਆਰ ਨਹੀਂ ਹੈ। ਸਾਰਾ ਦਿਨ ਕੰਮ ਕਰਨਾ, ਜੋ ਮਿਲਣਾ ਉਹਦੇ ਨਾਲ ਸ਼ਾਮ ਦਾ ਪ੍ਰਸ਼ਾਦਾ ਬਣਨਾ, ਇਹੋ ਜਿਹਾ ਵੀ ਸਿੱਖਾਂ ਨੇ ਸਮਾਂ ਹੰਡਾਇਆ ਇੱਕ। ਅੱਛਾ, ਜਦੋਂ ਪਤਾ, ਉਹ ਕਹਿਣ ਲੱਗਾ ਅੱਜ ਦਿਹਾੜੀ ਤਾਂ ਲੱਗ ਗਈ ਸੀ ਪਰ ਮਾਲਕ ਨੇ ਪੈਸੇ ਨਹੀਂ ਦਿੱਤੇ। ਅੱਜ ਹੁਣ ਬਿਪਤਾ ਪੈ ਗਈ ਵੀ ਘਰ ਵਿੱਚ ਸਿੱਖ ਬੈਠਾ, ਦੂਜੇ ਕਮਰੇ ਦੇ ਵਿੱਚ ਕੀ ਖਵਾਈਏ, ਜੋ ਕੁਛ ਹੈ ਤੂੰ ਉਹੀ ਦੇਖ ਲਾ। ਉਹ ਕਹਿਣ ਲੱਗੀ ਨਾ, ਕੱਲ੍ਹ ਮੈਂ ਗਈ ਸੀ ਖੇਤਾਂ ਦੇ ਵੱਲ ਅਤੇ ਉੱਥੋਂ ਮੈਂ ਪੀਲੂ ਲੈ ਕੇ ਆਈ ਹਾਂ। ਕਿਉਂਕਿ ਪੁਰਾਣੇ ਸਮੇਂ ਵਣ ਹੁੰਦੇ ਸੀ ਅਤੇ ਵਣਾਂ ਨੂੰ ਪੀਲੂ ਲੱਗਦੇ ਹੁੰਦੇ ਸੀ, ਜਿਵੇਂ ਬਰੀਕ ਆਪਣੇ ਛੋਟੇ ਮਲਿਆਂ ਵਾਲੇ ਬੇਰ ਨਹੀਂ ਹੁੰਦੇ, ਕੁਛ ਇੱਦਾਂ ਦੇ ਹੁੰਦੇ ਸੀ, ਉਹ ਵਣਾਂ ਨੂੰ ਲੱਗਦੇ ਹੁੰਦੇ ਸੀ ਉਹ, ਅਤੇ ਉਹ ਪੁਰਾਣੇ ਸਮੇਂ ਵਣਾਂ ਬਹੁਤ ਹੁੰਦੀਆਂ ਸੀ ਉਸ ਇਲਾਕੇ 'ਚ, ਤਾਂ ਬਹੁਤ ਸੀਗੀਆਂ ਮਾਲਵੇ ਦੇ 'ਚ, ਅਤੇ ਉਹ ਇਕੱਠੇ ਕਰਕੇ ਬੀਬੀਆਂ ਇੰਝ ਰੱਖ ਲੈਂਦੀਆਂ ਸੀ, ਉਹ ਛੱਕ ਲੈਂਦੇ ਸੀ ਥੋੜ੍ਹੇ ਥੋੜ੍ਹੇ, ਜਿਵੇਂ ਛੋਲੇ ਆਪਾਂ ਘਰਾਂ 'ਚ ਰੱਖਦੇ ਹਾਂ ਨਾ, ਉੱਦਾਂ ਰੱਖਦੇ ਸੀ ਪੀਲੂ। ਉਹਨੇ ਕਿਹਾ ਵੀ ਉਹ ਪੀਲੂ ਬਚੇ ਨੇ, ਹੋਰ ਤਾਂ ਕੁਛ ਨਹੀਂ, ਉਹੀ ਛਕਾ ਦਿੰਦੇ ਹਾਂ। ਅੱਛਾ, ਗੁਰਮੁਖੋ ਉਬਾਲੇ ਜਾਂ ਕਿੱਦਾਂ ਵੀ ਤਿਆਰ ਕੀਤੇ, ਉਹ ਸਿੱਖ ਨੂੰ ਇੱਦਾਂ ਛਕਾ ਦਿੱਤੇ। ਸਵੇਰ ਵੇਲੇ ਵੀ ਛਕਾਏ, ਸਵੇਰ ਵੇਲੇ ਛੱਕ ਕੇ ਸਾਰੇ ਸਿੱਖ ਦੁਬਾਰਾ ਇੱਕੋ ਥਾਂ 'ਤੇ ਇਕੱਠੇ ਹੋਏ। ਜਦੋਂ ਇਕੱਠੇ ਹੋਏ ਤਾਂ ਹੁਣ ਬਈ ਸਾਰਿਆਂ ਘਰਾਂ ਵਿੱਚ ਸਾਰੇ ਸਿੱਖ ਗਏ ਹੋਏ ਸੀ, ਦੱਸਣ ਲੱਗੇ ਗੁਰੂ ਪਾਤਸ਼ਾਹ, ਕਹਿੰਦੇ ਵੀ ਸਿੱਖੋ ਕਿੰਨੇ ਤੁਸੀਂ ਸਿੱਖਾਂ ਦੇ ਘਰਾਂ 'ਚ ਗਏ, ਐਂ ਦੱਸੋ ਵੀ ਕੀ ਛਕਿਆ, ਕੀ ਛਕਿਆ ਦੱਸੋ ਸਾਨੂੰ ਸਾਰਿਆਂ ਨੂੰ। ਅਤੇ ਗੁਰਮੁਖੋ ਕੋਈ ਕੁਛ ਦੱਸਦਾ, ਕੋਈ ਕੁਛ ਦੱਸਦਾ। ਹੁਣ ਜਿਹੜਾ ਸਿੱਖ ਭਾਈ ਮਲਾਗਰ ਸਿੰਘ ਨੂੰ ਲੈ ਕੇ ਗਿਆ ਸੀ, ਉਹਨੂੰ ਫਿਕਰ ਪਿਆ ਖੜਾ ਵੀ ਮੈਂ ਲੈ ਤਾਂ ਗਿਆ ਸੀ ਪਰ ਘਰ ਵਿੱਚ ਮੇਰੇ ਕੁਛ ਨਹੀਂ ਸੀ, ਅਤੇ ਜਿਹੜਾ ਸਿੱਖ ਮੇਰੇ ਘਰ ਭਾਈ ਮਲਾਗਰ ਸਿੰਘ ਗਿਆ ਸੀ, ਜਦੋਂ ਉਹਨੇ ਦੱਸਿਆ ਨਾ ਵੀ ਮੇਰੇ ਜਿਹੜਾ ਮੈਨੂੰ ਘਰ ਲੈ ਗਿਆ ਸੀ ਨਾ ਜੀ, ਉਹਦੇ ਘਰ 'ਤੇ ਹੈ ਹੀ ਕੁਛ ਨਹੀਂ ਸੀ, ਇਕੱਲੇ ਪੀਲੂ ਛਕਾ ਕੇ ਉਬਾਲ ਕੇ ਖਵਾ ਤੇ, ਅਤੇ ਮੇਰੀ ਬੇਇੱਜ਼ਤੀ ਬਹੁਤ ਹੋਣੀ ਹੈ ਵੀ ਭਾਈ ਜੇ ਤੇਰੇ ਘਰ ਕੁਛ ਹੈ ਨਹੀਂ ਸੀ ਤੂੰ ਨਾ ਲੈ ਕੇ ਜਾਂਦਾ, ਲੋਕਾਂ ਨੇ ਇੰਝ ਹੀ ਕਹਿਣਾ ਨਾ। ਅੱਛਾ, ਉਹ ਪਿੱਛੇ ਜੇ ਡਰਿਆ ਨਾ, ਇੰਝ ਬੈਠਾ ਪਿੱਛੇ ਜੇ, ਅਤੇ ਭਾਈ ਮਲਾਗਰ ਸਿੰਘ ਅੱਗੇ ਹੀ ਬੈਠੇ ਆ। ਅੱਛਾ, ਸਾਰਿਆਂ ਨੇ ਦੱਸਿਆ, ਕਿਸੇ ਨੇ ਕੁਝ, ਕਿਸੇ ਨੇ ਕੁਝ, ਕਿਸੇ ਨੇ ਕਿਹਾ ਪਾਤਸ਼ਾਹ ਬਾਜਰਾ, ਕਿਸੇ ਨੇ ਕਿਹਾ ਮੱਕੀ, ਕਿਸੇ ਨੇ ਕੁਛ, ਕਿਸੇ ਇੱਦਾਂ ਦੱਸਿਆ। ਅਤੇ ਭਾਈ ਮਲਾਗਰ ਸਿੰਘ ਪਾਤਸ਼ਾਹ ਦੇ ਬੜੇ ਪਿਆਰੇ ਸਿੱਖ ਸਨ, ਉਹ ਜਦੋਂ ਵਾਰੀ ਭਾਈ ਮਲਾਗਰ ਸਿੰਘ ਦੀ ਆਈ, ਕਹਿਣ ਲੱਗੇ ਭਾਈ ਮਲਾਗਰ ਸਿੰਘ ਤੂੰ ਦੱਸ ਸਿੰਘਾ ਤੈਨੂੰ ਕੁਛ ਸ਼ਿਕਾਇਆ। ਕਹਿਣ ਲੱਗਾ ਸਤਿਗੁਰੂ ਪਾਤਸ਼ਾਹ, ਜਿਹੜੇ ਘਰ ਦੇ ਵਿੱਚ ਮੈਂ ਗਿਆ ਸੀ ਨਾ, ਉਸ ਘਰ ਦੇ ਸਿੱਖ ਨੇ ਇੰਨੀ ਕੁ ਮੇਰੀ ਸੇਵਾ ਕੀਤੀ, ਸਤਿਗੁਰੂ ਪਾਤਸ਼ਾਹ ਜਿੰਨੀ ਜ਼ਿੰਦਗੀ ਅੱਡ ਤੱਕ ਮੈਂ ਜੀ ਚੁੱਕਿਆ
ਇਸ ਤੋਂ ਸਵਾਦਿਸ਼ਟ ਭੋਜਨ ਹੀ ਨਹੀਂ ਖਾਧਾ ਜਿੰਨਾ ਸਵਾਦਿਸ਼ਟ ਭੋਜਨ ਮੈਂ ਰਾਤ ਅਤੇ ਸਵੇਰੇ ਸਿੱਖ ਦੇ ਘਰੋਂ ਛੱਕ ਕੇ ਆਇਆ। ਪਾਤਸ਼ਾਹ ਨਾਂ ਤਾਂ ਨਹੀਂ ਮੈਨੂੰ ਪਤਾ ਵੀ ਕੀ ਸੀ, ਪਰ ਜਿੰਨਾ ਛਕਾਇਆ ਨਾ ਉਹ ਇੰਨਾ ਸਵਾਦ ਸੀ। ਸਤਿਗੁਰੂ ਪਾਤਸ਼ਾਹ, ਇਸ ਇਹੋ ਜਿਹਾ ਖਾਣਾ ਤਾਂ ਕਿਸੇ ਬਾਦਸ਼ਾਹ ਦੇ ਘਰੇ ਵੀ ਨਹੀਂ ਬਣਦਾ ਹੋਣਾ। ਜਦੋਂ ਇੱਦਾਂ ਕਿਹਾ ਨਾ ਤਾਂ ਸਾਰੇ ਸਿੱਖ ਹੈਰਾਨ ਵੀ ਇਹਨੂੰ ਕੀ ਖਵਾਤਾ, ਜਿਹੜਾ ਕਹਿੰਦਾ ਵੀ ਬਾਦਸ਼ਾਹ ਦੇ ਘਰੇ ਵੀ ਨਹੀਂ ਛਕਿਆ ਹੋਣਾ। ਉਹ ਪਿੱਛੇ ਜੇ ਸਿੱਖ ਬੈਠਾ ਕਹਿਣ ਲੱਗਾ ਕਿਹਦੇ ਘਰੇ ਗਿਆ ਸੀ ਪਾਤਸ਼ਾਹ ਉਹਦੇ, ਕਹਿਣ ਲੱਗੇ ਭਾਈ ਸਿੱਖਾਂ ਤੂੰ ਦੱਸ ਵੀ ਕੀ ਛਕਾਇਆ ਇਹਨੂੰ ਇਹੋ ਜਿਹਾ, ਵੀ ਬੜਾ ਖੁਸ਼ ਹੈ, ਇਹ ਤਾਂ ਹੈ ਹੀ ਖੁਸ਼ ਵੀ ਬਹੁਤ ਹੈ ਅੱਜ। ਅਤੇ ਗੁਰਮੁਖ ਉਹ ਗਰੀਬ ਬੜਾ ਸਿੱਖ ਗਲ 'ਚ ਪਾਇਆ ਪੱਲਾ ਅਤੇ ਸਾਹਮਣੇ ਖੜ੍ਹਾ ਹੋ ਗਿਆ। ਗੁਰੂ ਪਾਤਸ਼ਾਹ ਨੇੜੇ ਆਇਆ, ਝੁਕਿਆ ਪੈਰਾਂ ਵਿੱਚ, ਕਹਿਣ ਲੱਗਾ ਪਾਤਸ਼ਾਹ ਧੰਨ ਗੁਰੂ ਅਤੇ ਧੰਨ ਗੁਰੂ ਕੇ ਸਿੱਖ, ਧੰਨ ਗੁਰੂ ਅਤੇ ਧੰਨ ਗੁਰੂ ਕੇ ਸਿੱਖ। ਪਾਤਸ਼ਾਹ ਮੈਂ ਸੁਣਿਆ ਸੀ ਗੁਰੂ ਸਭ ਦੇ ਪਰਦੇ ਢੱਕਦਾ, ਜਿਹੋ ਜਿਹਾ ਗੁਰੂ ਉਹੋ ਜਿਹੇ ਗੁਰੂ ਦੇ ਸਿੱਖ, ਤੂੰ ਵੀ ਪਰਦੇ ਢੱਕਦਾ ਤੇਰੇ ਸਿੱਖ ਵੀ ਪਰਦੇ ਢੱਕਦੇ ਹੈ। ਪਾਤਸ਼ਾਹ ਸੱਚ ਇਹ ਆ ਕੁਛ ਵੀ ਨਹੀਂ ਸੀ ਕਰੇ, ਕੁਛ ਵੀ ਕਰੇ ਨਹੀਂ ਸੀ, ਪਰ ਪਾਤਸ਼ਾਹ ਇਹ ਤੇਰੇ ਸਿੱਖਾਂ ਦੀ ਵਡਿਆਈ ਹੈ। ਮੇਰੇ ਘਰ ਦੇ ਉੱਬਲੇ ਪੀਲੂ ਖਾ ਕੇ ਵੀ ਇਹ ਕਹਿੰਦੇ ਨੇ ਵੀ ਜਿਹੜਾ ਇਹਦੇ ਘਰੇ ਬਣਿਆ ਨਾ ਉਹ ਕਿਸੇ ਬਾਦਸ਼ਾਹ ਦੇ ਘਰੇ ਵੀ ਨਹੀਂ ਬਣਿਆ। ਪਾਤਸ਼ਾਹ ਭਾਈ ਮਲਾਗਰ ਸਿੰਘ ਤੇ ਬੜੇ ਖੁਸ਼ ਹੋਏ। ਭਾਈ ਮਲਾਗਰ ਸਿੰਘ ਕਹਿਣ ਲੱਗਾ ਪਾਤਸ਼ਾਹ ਸੱਚ ਇਹ ਹੈ ਜਿਹੜੇ ਪ੍ਰੇਮ ਦੇ ਨਾਲ ਜਿਹੜੀ ਭਾਵਨਾ ਦੇ ਨਾਲ ਇਹਨੇ ਛਕਾਇਆ ਨਾ ਸ਼ਾਇਦ ਉਸ ਭਾਵਨਾ ਦੇ ਨਾਲ ਬਾਦਸ਼ਾਹ ਵੀ ਨਾ ਛਕਾਉਂਦਾ ਹੋਵੇ। ਪਾਤਸ਼ਾਹ ਮੈਂ ਤਾਂ ਇਹਦੇ ਪ੍ਰੇਮ ਨੂੰ ਦੇਖਿਆ, ਇਹਦੀ ਭਾਵਨਾ ਨੂੰ ਦੇਖਿਆ, ਪਾਤਸ਼ਾਹ ਮੈਂ ਇਹਦੇ ਇਕੱਲੇ ਪੀਲੂਆਂ ਦੇ ਵੱਲ ਨਹੀਂ ਦੇਖਿਆ। ਬਸ ਗੱਲ ਗੁਰਮੁਖੋ ਇੰਨੀ ਹੈ, ਇਹ ਹੈ ਇਹ ਸਿੱਖ ਦਾ ਸੁਭਾਅ ਹੈ। ਸਿੱਖ ਕਦੇ ਵੀ ਕਿਸੇ ਦੇ ਪਰਦੇ ਉਠਾਉਂਦਾ ਨਹੀਂ, ਸਿੱਖ ਪਰਦੇ ਢੱਕਦਾ। ਜਿਹੜਾ ਕਿਸੇ ਦੇ ਪਰਦੇ ਉਠਾਉਂਦਾ ਨਾ ਉਹ ਸਿੱਖ ਹੀ ਨਹੀਂ ਹੁੰਦਾ, ਕਿਉਂਕਿ ਸਿੱਖ ਦਾ ਕਰਮ ਹੀ ਹੈ ਪਰਦੇ ਢੱਕਣੇ, ਕਿਉਂਕਿ ਪਰਮਾਤਮਾ ਪਰਦੇ ਢੱਕਦਾ, ਗੁਰੂ ਪਰਦੇ ਢੱਕਦਾ ਅਤੇ ਸਿੱਖ ਵੀ ਪਰਦੇ ਢੱਕਦਾ। ਪਰ ਇਹ ਉਹਦੇ ਅੰਦਰ ਦਾ ਜੀਵਨ ਹੈ ਜਿਹੜਾ ਉਸ ਪਰਮੇਸ਼ਰ ਦੇ ਹੁਕਮ ਅੰਦਰ ਸਬਰ ਕਰਕੇ ਬੈਠਾ, ਸਬਰ ਕਰਕੇ ਬੈਠਾ ਜਿਹੜਾ। ਤੋ ਪਾਤਸ਼ਾਹ ਕਹਿੰਦੇ ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਸਾਰੇ ਹੀ ਪਦਾਰਥ ਨਾਨਕ ਤਿੰਨ ਪਾਇਆ। ਉਹਨਾਂ ਨੇ ਸਾਰੇ ਹੀ ਪਦਾਰਥ ਸੌਖੇ ਹੀ ਪ੍ਰਾਪਤ ਕਰ ਲਏ ਨੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਹੁਕਮ ਮਨਾ ਲਿਆ ਹੈ, ਜਿਹੜੇ ਉਹਦੇ ਹੁਕਮ ਅੰਦਰ ਚੱਲਦੇ ਨੇ, ਸਾਰੀਆਂ ਦਾਤਾਂ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਥੋਕ ਵਿੱਚ ਦਿੰਦਾ ਹੈ। ਭੁੱਲਾ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।